ਦਮਨ ਖੁਸ਼ ਹੈ। ਦਮਨ ਨੂੰ ਕੱਲ੍ਹ ਕਮੈਂਟ ਆਏ ਕਿ ਦਮਨ ਦੇ ਵਾਲ ਵੱਡੇ ਹੋ ਗਏ ਨੇ, ਅਤੇ ਦਮਨ ਕਹਿੰਦੇ ਮੇਰੇ ਵਾਲ ਲੰਬੇ ਹੋ ਗਏ, ਮੈਨੂੰ ਬਹੁਤ ਖੁਸ਼ੀ ਹੈ। ਓਹੋ ਹੇ ਗਾਇਸ, ਗੁੱਡ ਮਾਰਨਿੰਗ ਟੂ ਆਲ, ਵੈਲਕਮ ਬੈਕ ਟੂ ਆਰ ਚੈਨਲ। ਸੋ ਟਾਈਮ ਹੋ ਗਿਆ 7 ਵਜੇ ਦਾ, ਅਤੇ 7 ਵਜੇ ਮੇਰੀ ਵੈਨ ਆਉਂਦੀ ਹੈ ਜਦੋਂ ਫਿਰ ਜਾਓ ਸਕੂਲ ਜਾਂਦਾ, ਤਾਂ ਮੈਂ ਆ ਕੇ ਮਿਲਦੀ ਹਾਂ। ਲੰਚ ਬਾਕਸ ਪਾ ਲਿਆ, ਆ ਵੀ ਲੈ ਜਾਓ, ਆ ਤੁਹਾਡੀ ਡਿਊਟੀ, ਤੁਹਾਡੀ ਡਿਊਟੀ ਜਿਹੜੀ ਆ ਤੁਹਾਡੀ ਹੈਵੀ ਡਿਊਟੀ ਹੈ। ਬਾਏ, ਇੱਧਰ ਆਓਗੇ ਨਾ ਸਿੱਧਾ, ਅੱਜ ਟਿਊਸ਼ਨ ਤਾਂ ਨਹੀਂ ਜਾਣਾ? ਚਲ ਠੀਕ ਹੈ, ਬਾਏ। ਕੁੰਡੀ ਨਹੀਂ ਖੋਲੀ ਸਵੇਰ ਦੀ, ਮੈਂ ਬਾਹਰ ਆਉਂਦੀ ਹਾਂ। ਯਾਰ ਮੈਂ ਰੋਜ਼ ਤਾਂ ਮਮਾ, ਕੱਲ੍ਹ ਚਲੋ ਕੱਲ੍ਹ ਇੰਸੀਡੈਂਟ ਨਹੀਂ ਖਾਏ, ਅੱਜ ਕਹਿ ਰਹੀ ਹਾਂ ਬਸ। ਕੀ ਕੰਮ ਗਏ ਸੀ ਤੇ ਗੋਲ ਗੱਪੇ ਖਾ ਕੇ ਆਏ ਹਾਂ? ਕੱਲ ਮੇਰੇ ਕੱਪੜੇ, ਉਹ ਪਰਸੋਂ ਗਏ ਸੀ, ਕਦੋਂ ਮੇਰੇ ਬਰਥਡੇ ਵਾਲੇ ਦਿਨ ਗਏ ਸੀ। ਹਾਂ, ਬਰਥਡੇ ਵਾਲੇ ਦਿਨ ਉਦੋਂ ਖਵਾਤੇ, ਬਸ ਠੀਕ ਹੈ ਫਿਰ ਤੇ। ਤੇ ਸਤਿ ਸ਼੍ਰੀ ਅਕਾਲ ਜੀ, ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ। ਤੇ ਸਭ ਤੋਂ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਮੌਸਮ ਕੱਲ ਰਾਤ ਮੌਸਮ ਇੰਨਾ ਠੰਡਾ ਹੋ ਗਿਆ ਸੀ, ਬਹੁਤ ਜ਼ਿਆਦਾ ਠੰਡਾ ਹੋਈ, ਤੇ ਅੱਜ ਵੀ ਮੌਸਮ ਬਹੁਤ ਵਧੀਆ, ਪੂਰੀ ਸਰਦੀ ਦੀ ਫੀਲਿੰਗ ਆ ਰਹੀ ਹੈ। ਤੇ ਅੱਜ ਸਵੇਰ ਦਾ ਵਲੌਗ ਬਿਲਕੁਲ ਸ਼ੂਟ ਨਹੀਂ ਕੀਤਾ ਹੈਗਾ, ਜਦੋਂ ਦੇ ਕੱਲ੍ਹ ਤੁਸੀਂ ਜਿਹੜਾ ਵਲੌਗ ਦੇਖਿਆ, ਅਮਨ ਵੀ ਆਇਆ ਸੀ, ਦਮਨ ਨੂੰ ਸਰਪ੍ਰਾਈਜ਼ ਦਿੱਤਾ ਸੀ। ਜਿਹੜੇ ਮੇਰੇ ਭੈਣ ਭਰਾਵਾਂ ਨੇ ਨਹੀਂ ਦੇਖਿਆ, ਉਹ ਜ਼ਰੂਰ ਜਾ ਕੇ ਦੇਖੋ ਅਤੇ ਕਮੈਂਟ ਕਰਕੇ ਦੱਸਿਓ ਕਿ ਕਿਵੇਂ ਲੱਗਿਆ। ਅਤੇ ਅੱਜ ਬਸ ਮੂਡ ਨਹੀਂ ਸੀ ਵਲੌਗ ਸ਼ੁਰੂ ਕਰਨ ਦਾ, ਅੱਜ ਸਵੇਰੇ ਅਸੀਂ ਗੁਰਦੁਆਰਾ ਸਾਹਿਬ ਚਲੇ ਗਏ, ਅਤੇ ਉਦੋਂ ਵੀ ਵਲੌਗ ਸ਼ੂਟ ਨਹੀਂ ਕੀਤਾ, ਕਿਉਂ ਮੈਂ ਆਪਣਾ ਜਿਹੜਾ ਕੈਮਰਾ ਸੀ ਉਹ ਘਰ ਭੁੱਲ ਗਈ। ਥੱਲੀਏ ਗੁਰਦੁਆਰਾ ਸਾਹਿਬ ਹੁਣ ਦੇਖੀ ਹੋ ਗਿਆ ਕਾਫੀ, ਮੈਂ ਜਾ ਹੀ ਹਾਂ ਨਾ, ਤਾਂ ਕਰਕੇ ਦਮਨ ਕਹਿ ਰਹੀ, ਕੋਈ ਨਾ ਮੈਂ ਲੈ ਕੇ ਚਲਾਂਗੀ ਦਮਨ ਨੂੰ ਫੋਟੋ, ਠੀਕ ਹੈ। ਅਤੇ ਦਾਲ ਸਬਜ਼ੀ ਦੇ ਵਿੱਚ ਆਪਾਂ ਨੇ ਬਣਾਈ ਸੀ ਕਰੇਲੇ, ਅਤੇ ਨਾਲ ਬਣਾਈ ਦਾਲ, ਅਤੇ ਬਸ ਮੈਂ ਆਟਾ ਗੁੰਨ ਲੱਗੀ ਹਾਂ, ਅਤੇ ਦਮਨ ਟਿਊਸ਼ਨ ਤੋਂ ਆ ਗਿਆ। ਦਮਨ ਆ ਦੇਖ ਥੱਲੇ, ਅੱਜ ਮੈਂ ਨੇਲ ਪੇਂਟ ਨਵਾਂ ਕਲਰ ਲਿਆਂਦਾ, ਨਵਾਂ ਕਲਰ, ਹਾਂ ਸੋਹਣਾ ਲੱਗ ਰਿਹਾ, ਮੈਂ ਕਦੇ ਲਾਇਆ ਨਹੀਂ, ਬੜਾ ਗੂੜਾ ਗੂੜਾ ਲੱਗਣ ਡਿਆ, ਪਰ ਸੋਹਣਾ ਲੱਗ ਰਿਹਾ ਜੀ। ਮੈਂ ਪਹਿਲਾਂ ਇਹ ਲਾਉਂਦੀ ਹੁੰਦੀ ਹਾਂ, ਮੇਰੀ ਟੀਸ਼ਰਟ ਵੀ ਲੈ ਕੇ ਆਉਣੀ ਆ ਮੰਮਾ। ਕਿਹੜੀ? ਜਾਣਾ ਬਾਜ਼ਾਰ। ਬੇਚਾਰੇ ਦੇ ਅਵਤਾਰ ਵਾਂਗੂ ਇੱਥੇ ਵਾਲ ਉਹ ਖੁੱਲੇ ਛੱਡ ਕੇ ਗਾਣਾ, ਮੈਂ ਨੀ ਗਾ ਰਿਹਾ, ਮੈਂ ਤਾਂ ਸੁਣਿਆ ਨੀ ਹੁਣ, ਕਹਿੰਦੇ ਮੰਮਾ ਸੁਣ ਕੇ ਤਾਂ ਦੇਖੋ ਗਾਣਾ ਹੀ ਬੜਾ ਵਧੀਆ। ਮੈਂ ਫਿਰ ਅੱਜ ਬਹਿ ਕੇ ਸੁਣਿਆ, ਮੈਂ ਕਿਹਾ ਸੁਣਾਓ ਤੇ ਸਹੀ, ਕਿਹੜਾ ਗਾਣਾ ਬਦੋ ਬਦੀ, ਕਿਵੇਂ ਲੱਗਿਆ ਦਮਨ ਤੈਨੂੰ ਗਾਣਾ? ਇਹ ਤਾਂ ਬਹੁਤ ਘੈਂਟ ਲੱਗਿਆ, ਫੇਵਰੇਟ ਹੈ ਮੇਰਾ। ਹੁਣ ਦਮਨ ਕਹਿ ਰਹੀ ਬਾਜ਼ਾਰ ਚੱਲੋ, ਅਤੇ ਦੋ ਦਿਨ ਨੇ ਕੰਮ ਮੈਨੂੰ ਵੀ ਨਾ, ਦੋ ਤਿੰਨ ਮੈਂ ਦੋ ਚੁੰਨੀਆਂ ਨੂੰ ਪੀਕੋ ਕਰਵਾਉਣੀ ਹੈ, ਅਤੇ ਇੱਕ ਹੋਰ ਸੀ, ਇੱਕ ਮੇਰੇ ਕੋਲ ਦੁਪੱਟਾ ਪਿਆ ਸੀ, ਮੈਂ ਕਿਹਾ ਉਹਦੇ ਨਾਲ ਮੈਂ ਸੂਟ ਲੈ ਕੇ ਆਉਂਦੀ ਹਾਂ ਇੱਕ ਘਰ ਪਾਉਣ ਨੂੰ, ਪਰ ਹੁਣ ਮੈਨੂੰ ਇਹ ਕਿ ਸਪੈਸ਼ਲ ਜੇ ਜਾਣਾ ਪਏਗਾ, ਕੱਲ੍ਹ ਨੂੰ ਜਾਵਾਂਗੀ ਤਾਂ ਹੋਰ ਵੀ ਕੰਮ ਕਰਾਵਾਂਗੀ, ਹੁਣ ਹਨੇਰਾ ਹੋ ਜਾਣਾ ਆਪਾਂ ਨੂੰ ਹੁੰਦੇ, ਕੀ ਕਰੀਏ ਦੱਸ? ਚੱਲੋ ਦਮਨ ਤਾਂ ਤਿਆਰ ਹੈ, ਚੱਲੋ ਦਮਨ ਦੇਖੋ ਰੈਡੀ ਖੜਾ ਦਮਨ, ਕਿ ਮੈਂ ਫਟਾਫਟ ਮੰਮਾ ਕਹੇ ਤੇ ਮੈਂ ਚੱਲ ਪਾਂ। ਆ ਮੈਂ ਸਵਿਚ ਆਫ ਕਰਨਾ ਭੁੱਲ ਗਈ ਟਿਊਸ਼ਨ ਤੇ, ਅੱਛਾ ਸ਼ੁਕਰ ਮਨਾ ਆਵਾਜ਼ ਨਹੀਂ ਕੀਤੀ, ਮੈਨੂੰ ਡਰ ਲੱਗ ਰਿਹਾ ਮੈਂ ਹੁਣ ਆਵਾਜ਼ ਕਰਦੇ, ਹੁਣ ਆਵਾਜ਼ ਕਰਦੇ, ਨਹੀਂ ਜ਼ਿਆਦਾ ਤਾਂ ਨਹੀਂ ਆਵਾਜ਼ ਕਰਦਾ, ਥੋੜ੍ਹੀ ਜਿਹੀ ਆਵਾਜ਼ ਘੱਟ ਕਰ ਲੈਣਾ ਇਹਦੀ, ਹੁੰਦੀ ਨਹੀਂ ਕਿਉਂ, ਥੋੜ੍ਹੀ ਕਿ ਜਮ੍ਹਾਂ ਹੀ ਕਰ ਦੂ ਘੱਟ, ਨਹੀਂ ਹੁੰਦੀ ਹੋਣੀ ਘੱਟ, ਬਸ ਇਹੀ ਮੰਮਾ ਨੂੰ ਕਰਨਾ ਹੁੰਦਾ, ਦੱਸਣਾ ਹੁੰਦਾ, ਹੋਰ ਤਾਂ ਕੋਈ ਜ਼ਿਆਦਾ ਕੰਮ ਨਹੀਂ ਇਹਦੇ ਨਾਲ, ਹੈ ਨਾ। ਅਤੇ ਇੱਧਰ ਜਿਹੜੇ ਸਵੇਰ ਦੇ ਗਏ ਹਨ ਆਪਣੇ ਤੋਤੇ, ਉਹ ਵਾਪਸ ਆ ਰਹੇ ਨੇ ਤੋਤੇ ਚਿੜੀਆਂ। ਚੱਲ ਪੁੱਤ
ਤੇ ਅੱਜ ਅੱਜ ਹੈਗਾ ਜੀ ਮਜ਼ਦੂਰ ਦਿਵਸ ਤੇ ਸਾਰਿਆਂ ਨੂੰ ਮਜ਼ਦੂਰ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਭ ਨੂੰ ਲੇਬਰ ਡੇ ਦੀਆਂ ਬਹੁਤ ਬਹੁਤ ਵਧਾਈਆਂ ਤੇ ਬਿਗ ਟ੍ਰਿਬਿਊਟ ਲੇਬਰ ਜਿਹੜਾ ਸਾਰਾ ਦਿਨ ਰਾਤ ਕੰਮ ਕਰਦੇ ਨੇ ਜਿਵੇਂ ਆਪਣੇ ਪਾਪਾ ਵੀ ਲੱਗੇ ਪਏ ਨੇ ਪਾਪਾ ਦਾ ਕੋਈ ਲੇਬਰ ਡੇ ਨਹੀਂ ਹੈਗਾ ਅੱਜ ਉਹ ਸਵੇਰ ਦੇ ਲੱਗੇ ਪਏ ਨੇ ਹੁਣ ਦਿਖਾਉਂਦੀ ਹਾਂ ਤੁਹਾਨੂੰ ਕਰੇਲੇ ਨਾਲ ਬਣਾਈ ਆਪਾਂ ਨੇ ਮੂੰਗੀ ਮਸਰੀ ਦਾਲ ਹਜੇ ਮੈਂ ਤੜਕਾ ਲਾਉਣਾ ਦਮੋ ਤੁਸੀਂ ਪਿਆਜ਼ ਕੱਟ ਦਿਓ ਮੈਂ ਮੈਂਗੋ ਸ਼ੇਕ ਬਣਾ ਦੇਣੀ ਆ ਦਹੀਂ ਰੱਖ ਦੇ ਮੈਂਗੋ ਸ਼ੇਕ ਬਣਾ ਲਿਆ ਮੈਂਗੋ ਕੱਢ ਕੇ ਲਿਆ ਨਹੀਂ ਨਹੀਂ ਮੈਂਗੋ ਇੰਨੇ ਮਿੱਠੇ ਨਹੀਂ ਹੈਗੇ ਫਿੱਕੇ ਜਿਹੇ ਨੇ ਥੱਲੇ ਪਏ ਨੇ ਸਬਜ਼ੀ ਵਾਲੇ ਡੱਬੇ 'ਚ ਇੱਕ ਕੱਢ ਦਿਆ ਬਸ ਤੂੰ ਤਾਂ ਪਾਪਾ ਨੇ ਪੀਣਾ ਇਹ ਹੁੰਦੇ ਨੇ ਥੋੜ੍ਹੇ ਜਿਹੇ ਐਵੇਂ ਦੇ ਨਾ ਮੈਂ ਧੋਵਾਂ ਇਹਨੂੰ ਕੀ ਪਤਾ ਨੀ ਬਦੋ ਵਧੀ ਬਦੋ ਵਧੀ ਸਟਿੱਕਰ ਤਾਰ ਤੋਂ ਨਾ ਇਹ ਚ ਵੀ ਲੱਗੀ ਜਾ ਰਹੀ ਹੈ ਨਹੀਂ ਚਾਹੁੰਦੀ ਆ ਕੱਟ ਦੋ ਮਾਂ ਵਾਲਾ ਉੱਤੋਂ ਛਿਲਕਾ ਲਾ ਕੇ ਜਾਣਾ ਉਹ ਤਾਂ ਬਸ ਠੀਕ ਹੈ ਇਰੀਟੇਟ ਹੋ ਰਹੀ ਇਹ ਇਹ ਕੱਟ ਦੋ ਛਿਲਕਾ ਲਾ ਕੇ ਬਣਾਵਾਂਗੇ ਆਪਾਂ ਘਰ ਛਿਲਕੇ ਸਾਡੇ ਮੈਂਗੋ ਸ਼ੇਕ ਬਣਾ ਲੈਣਾ ਉੱਧਰ ਵਾਲਾ ਕੰਮ ਨਾ ਕਰੀ ਜੀ ਉੱਧਰ ਵੀਡੀਓ ਦਮਨ ਬਣਾਈ ਗਈ ਤੇ ਮੈਂ ਥੱਲੇ ਕੀ ਕਰ ਰਹੀ ਸੀ ਆਲੂਆਂ ਦਾ ਪੇਸਟ ਰੈਡੀ ਕਰ ਰਹੀ ਹਾਂ ਦਮਨ ਨੇ ਕੈਮਰਾ ਮੇਰੇ ਮੂੰਹ 'ਤੇ ਲਾ ਰੱਖਿਆ ਬਸ ਅਤੇ ਆਲੂਆਂ ਦਾ ਪੇਸਟ ਆ ਨਹੀਂ ਰਿਹਾ ਮੈਂ ਦੱਸ ਰਹੀ ਹਾਂ ਮੈਂ ਮਸਾਲੇ ਪਾ ਰਹੀ ਹਾਂ ਸਾਰੀ ਵੀਡੀਓ ਮੈਂ ਕੱਟੀ ਫਿਰ ਇਹੋ ਜਿਹੇ ਸਾਡੇ ਦਮਨ ਦੇ ਕੰਮ ਨੇ ਉਹ ਨਹੀਂ ਹੈਗੀ ਚੈਰੀ ਦਮਨ ਨਹੀਂ ਚੈਰੀ ਮੈਨੂੰ ਪਸੰਦ ਨਹੀਂ ਸ਼ੇਕ 'ਚ ਬਦਾਮ ਪਾ ਦਿਓ ਬਦਾਮ ਪਾ ਲਾਂਗੇ ਤੇ ਬਸ ਆਹੀ ਫਿਰ ਚ ਦੁੱਧ ਕੱਢ ਲਿਆ ਆਪ ਪੀਂਦਾ ਇੱਕ ਜਿਹੜਾ ਪਾਟੀ 'ਚ ਪਿਆ ਨਾ ਉਹ ਵੀ ਦੁੱਧ ਲਿਆਇਆ ਉਹ ਥੋੜ੍ਹਾ ਜਿਹਾ ਸਵੇਰ ਕੱਲ੍ਹ ਵਾਲਾ ਅਤੇ ਆਹ ਜਿਹੜਾ ਅੱਜ ਵਾਲਾ ਤਾਜ਼ਾ ਮੈਂ ਹੁਣੇ ਰੱਖਿਆ ਫਰਿੱਜ 'ਚ ਅੱਜ ਕੱਲ੍ਹ ਦੇ ਅੰਬ ਮਿੱਠੇ ਨਹੀਂ ਹੁੰਦੇ ਸਾਰਾ ਪਾ ਦਿਓ ਮੈਂ ਹੈਂ ਸਾਰਾ ਮੈਂਗੋ ਪਾ ਦਿਓ ਸਾਰੇ ਪਾਉਂਗੀ ਪਾਣੀ ਪਾਇਆ ਇਹਦੇ 'ਚ ਨਹੀਂ ਨਹੀਂ ਪਾਣੀ ਕਿਉਂ ਪਾਉਣਾ ਦੁੱਧ ਪਾਵਾਂਗੇ ਸਮੂਦੀ ਵਧੀਆ ਬਣਦੀ ਹੈ ਜੀ
ਨਹੀਂ ਖਾਉਂਦੀ ਮੈਂ, ਮੈਨੂੰ ਵੈਸੇ ਵੀ ਨਹੀਂ ਲੱਗਦੀ ਭੁੱਖ। ਕਰੇਲੇ ਸਵਾਦ ਹੁੰਦੇ ਨੇ, ਕਿੱਥੇ ਕੌੜੇ, ਦੇਖਣਾ ਵੀ ਨਹੀਂ ਮੈਂ। ਚਿੱਟਾ ਹੀ ਹੁੰਦਾ, ਯੈਲੋ ਯੈਲੋ ਹੋਵੇ ਨਾ, ਉਹ ਫਿਰ ਤੁਸੀਂ ਚਾਕੂ ਨਾਲ ਉਤਾਰ ਰਹੇ ਹੋ ਨਾ, ਸਾਰਾ ਯੈਲੋ ਯੈਲੋ ਉਤਰ ਗਿਆ। ਤੁਸੀਂ ਗੋਲ ਗੱਪੇ ਨੀ ਖਵਾ ਕੇ ਲਿਆਂਦੇ, ਗੋਲ ਗੱਪੇ ਨੀ ਖਾਣੇ? ਨਹੀਂ ਮੈਂ ਕਿਹਾ ਤੁਸੀਂ ਮੈਨੂੰ ਡਰਾਈ ਫਰੂਟ ਲਿਆ ਕੇ ਦਿੰਦੇ, ਗੋਲ ਗੱਪੇ ਖਾਣੇ ਨੇ, ਰੋਜ਼ ਦੇ ਕੰਮ ਹੋ ਗਿਆ ਦਾ। ਯਾ ਪਾਪਾ ਨੂੰ ਕਿਉਂ ਦੱਸ ਦਿੰਦੇ ਹੋ ਹਰ ਗੱਲ? ਪਾਪਾ ਨੂੰ ਦੱਸਣੀ ਨਹੀਂ ਹਰ ਗੱਲ, ਪਾਪਾ ਨੇ ਤਾਂ ਕਹਿਣਾ ਮੈਨੂੰ ਕੁਛ, ਮੰਮਾ ਨੇ ਕਿਹੜਾ ਕੁਛ ਕਹਿਣਾ, ਤੇ ਮੈਂ ਪਾਪਾ ਦਾ ਨਾਮ ਪਤਾ ਲੱਗੇ ਨਾ। ਦੁੱਧ ਤਾਂ ਪਾ ਦਿਓ, ਦੁੱਧ ਪਾਉਣੀ ਆ, ਪਹਿਲਾਂ ਇਹਨਾਂ ਨੂੰ ਤਾਂ ਗ੍ਰਾਈਂਡ ਕਰ ਲਾਂ, ਇਹ ਤੇ ਚੀਨੀ, ਤੇ ਚੀਨੀ ਵੀ ਪਾਉਂਦੇ ਹੁੰਦੇ ਨੇ, ਭੁੱਲ ਗਈ ਸੀ। ਇਹ ਤਾਂ ਮਿੱਠਾ ਹੈ ਥੋੜਾ ਥੋੜਾ, ਧਿਆਨ ਦੁੱਧ ਪਾਉਣਾ ਜਿਹੜਾ ਉਹ ਮਿੱਠਾ, ਥੋੜੇ ਬਦਾਮ ਪਾ ਦਿਓ, ਕਸਤਾ ਪਾਉਣੇ ਚਾਹੀਦੇ, ਹੁਣ ਜਦੋਂ ਨਾ ਭਿੱਜੇ ਹੁਣ ਤਾਂ ਬਾਟੀ ਵਾਲਾ ਹੋਰ ਕਰੋ ਮਿਕਸ ਕਰ ਦੇਣਾ, ਹੋਰ ਸੈਲਫ ਖਰਾਬ ਹੋਣੀ ਥੋੜੀ। ਚਲ ਬਾਹਰ ਸਾਫ ਕਰ ਦੇ, ਮੈਨੂੰ ਆ ਗਏ ਫੋਨ ਤੇ ਦਮਨ ਨੇ ਫਟਾਫਟ ਗਲਾਸਾਂ ਚ ਪਾਤਾ, ਸਾਰੇ ਗਲਾਸ ਭਰ ਗਏ, ਖਤਮ ਹੋ ਗਿਆ ਕਿ ਹੈਗਾ ਜੱਗ ਚ ਹੈਗਾ? ਚਲੋ ਥੋੜਾ ਥੋੜਾ ਹੋਰ ਲੈ ਲਿਆ, ਬਣ ਗਿਆ ਮੈਂਗੋ ਸ਼ੇਕ। ਪਾਪਾ ਫੋਨ ਤੇ ਲੱਗੇ ਫਿਰ, ਮੈਂ ਕਿਹਾ ਪਤਾ ਸਾਨੂੰ ਕਹਿ ਰਹੇ ਜੀ, ਘੈਂਟ ਜਿਹਾ ਮੈਂਗੋ ਸ਼ੇਕ ਬਣ ਗਿਆ, ਪਰ ਅਸੀਂ ਜ਼ਿਆਦਾ ਹੈਵੀ ਨਹੀਂ ਬਣਾਇਆ, ਸਿੰਪਲ ਹੀ ਬਣਾਇਆ। ਥੈਂਕ ਯੂ, ਮੈਂ ਦਮਨ ਹੈਲਪ ਕੀਤੀ, ਮੈਂ ਲਵਾਂ ਇੰਨਾ, ਆਹ ਘੱਟ ਆ, ਪਾਪਾ ਦੇ ਦਿਓ, ਪਾਪਾ ਗੱਲ 'ਤੇ ਫੋਨ 'ਤੇ ਲੱਗੇ ਪਏ ਨੇ, ਗੱਲ 'ਤੇ ਲੱਗੇ ਪਏ। ਕਿਵੇਂ ਲੱਗਿਆ ਨਾਲ ਕੇਕ ਖਾਧਾ ਜਾ ਰਿਹਾ ਹੈ, ਕੈਂਡ ਬਣਿਆ ਨਾ,
ਇੱਕ ਮੈਂਗੋ ਪਾ ਲਏ, ਦੁੱਧ ਜ਼ਿਆਦਾ ਪਾ ਲਏ, ਜੇ ਜ਼ਿਆਦਾ ਆਪਾਂ ਉਹ ਕਰਾਂਗੇ ਨਾ ਹੈਵੀ ਜਿਹਾ ਫਿਰ ਪੀਤਾ ਨਹੀਂ ਜਾਂਦਾ ਮੈਂ। ਲਿਆਵਾਂ ਹੋਰ ਪਾ ਦਿੰਦੀ ਹਾਂ ਤੁਹਾਨੂੰ, ਆਹ ਦੇ ਆਹ ਸਾਰਾ ਚੰਗੀ ਤਰ੍ਹਾਂ ਪਾ ਲਿਆ, ਥੱਲੇ ਤਾਂ ਬਦਾਮ ਰਹਿ ਗਏ ਨੇ। ਹੈਂ ਮਾਝੇ ਚ, ਮਾਲਵੇ ਚ, ਦੁਆਬੇ ਚ, ਅਸੀਂ ਤਾਂ ਮੈਂ ਤਰਾਂ ਕਹਿੰਦੇ, ਮੈਨੂੰ ਲੱਗਦਾ ਕੋਈ ਕੱਕੜੀਆਂ ਵੀ ਕਹਿੰਦਾ ਸ਼ਾਇਦ, ਤੇ ਦੱਸਿਓ ਇਹਨੂੰ ਕੀ ਕਹਿੰਦੇ ਤੁਸੀਂ, ਕਮੈਂਟ ਜਰੂਰ ਕਰਿਓ। ਫਰਿੱਜ ਰੱਖ ਦਿੰਦੇ ਹਾਂ ਥੋੜਾ ਚਿਰ,